ਤਾਂ ਹਾਂਜੀ ਦੋਸਤੋ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਛੁੱਟੀਆਂ ਦਾ ਐਲਾਨ ਅੱਜ ਫਿਰ ਸ਼ਾਮ ਨੂੰ ਕੀਤਾ ਜਾਏਗਾ। ਤਾਂ ਅੱਜ ਦੋਸਤੋ ਅਫੀਸ਼ੀਅਲ ਟਵੀਟ ਲੈ ਕੇ ਆ ਗਏ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ, ਸਭ ਤੋਂ ਪਹਿਲਾਂ ਖਬਰ ਲੈ ਕੇ ਆ ਗਿਆ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਤਾਂ ਹਾਂਜੀ ਦੋਸਤੋ, ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਨੇ ਜਿਹੜੇ, ਉਹਨਾਂ ਵੱਲੋਂ ਆ ਗਿਆ ਸਾਡਾ ਟਵੀਟ। ਤਾਂ ਕੀ ਹੈ ਟਵੀਟ? ਪੰਜਾਬ ਦੇ ਸਰਕਾਰੀ ਮਾਨਤਾ ਪ੍ਰਾਪਤ ਏਡਿਡ ਪ੍ਰਾਈਵੇਟ ਸਕੂਲਾਂ ਦੀ ਪਹਿਲੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ 14 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਨੇ। ਹਾਂਜੀ ਦੋਸਤੋ, ਮੈਂ ਤੁਹਾਨੂੰ ਕਲੀਅਰ ਕੱਟ 95% ਕਹਿ ਦਿੱਤਾ ਸੀ ਕਿ 14 ਜਨਵਰੀ ਤੱਕ ਛੁੱਟੀਆਂ ਦਾ ਐਲਾਨ 8ਵੀਂ ਜਮਾਤ ਤੱਕ ਕਰ ਦਿੱਤਾ ਜਾਵੇਗਾ। 7ਵੀਂ ਜਮਾਤ ਤੱਕ ਕੀਤਾ ਗਿਆ। 8ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਪ੍ਰਾਇਮਰੀ ਸੈਕੰਡਰੀ ਵਿਭਾਗਾਂ ਦੇ ਅਧਿਆਪਕ ਸਕੂਲਾਂ ਵਿੱਚ ਹਾਜ਼ਰ ਰਹਿਣਗੇ। ਸਕੂਲਾਂ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਹੋਵੇਗਾ। ਤਾਂ ਹਾਂਜੀ ਦੋਸਤੋ, ਆ ਗਈ ਪੂਰੀ ਪੱਕੀ ਨਿਊਜ਼, ਪੱਕਾ ਸਬੂਤ ਕਿ 14 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਨੇ। 7ਵੀਂ ਤੱਕ ਬਾਕੀ ਸਾਰੇ ਬੱਚੇ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਹਾਜ਼ਰ ਰਹਿਣਗੇ। ਤਾਂ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੋਰ ਅਪਡੇਟਸ ਪਾਉਣ ਲਈ।